ਸੂਏ ਦੇ ਵਿੱਚ ਪਾੜ ਪੈਣ ਦੇ ਨਾਲ ਕਿਸਾਨਾਂ ਦੀ ਕਈ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਵੱਡਾ ਨੁਕਸਾਨ ਹੋਇਆ। ਤਾਂ ਅੱਜ ਸਵੇਰੇ ਤੜਕਸਾਰ ਮਾਨਸਾ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਇਹ ਸੂਆ ਟੁੱਟਿਆ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਕਈ ਪਿੰਡਾਂ ਦੇ ਪਾਣੀ ਦੇ ਵਿੱਚ ਡੁੱਬਣ ਦਾ ਖਦਸ਼ਾ ਜੋ ਹੈ ਉਹ ਜ਼ਾਹਿਰ ਕੀਤਾ ਜਾ ਰਿਹਾ। ਤਾਂ ਦੱਸ ਦਈਏ ਕਿ ਇੱਕ ਪਿੰਡ ਦੀ 500 ਏਕੜ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਅਤੇ ਹੁਣ ਲਗਾਤਾਰ ਪਾਣੀ ਜੋ ਹੈ ਪਿੰਡ ਦੇ ਘਰਾਂ ਵੱਲ ਨੂੰ ਵੱਧਦਾ ਨਜ਼ਰ ਆ ਰਿਹਾ। ਦੂਜੇ ਪਾਸੇ ਪਿੰਡਾਂ ਦੇ ਲੋਕ ਇਕੱਠੇ ਹੋਏ ਨੇ ਅਤੇ ਖੁਦ ਹੀ ਇਸ ਪਾੜ ਨੂੰ ਪੂਰਨ ਦੇ ਵਿੱਚ ਲੱਗੇ ਹੋਏ ਨੇ। ਤਾਂ ਤਸਵੀਰਾਂ ਵੀ ਇਸ ਨੂੰ ਲੈ ਕੇ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਸੂਏ ਦੇ ਵਿੱਚ ਵੱਡਾ ਪਾੜ ਪਿਆ ਹੋਇਆ ਅਤੇ ਕਈ ਏਕੜ ਫਸਲ ਪਾਣੀ ਦੇ ਵਿੱਚ ਡੁੱਬੀ ਹੈ, ਜਿਸ ਦੇ ਕਾਰਨ ਕਿਸਾਨਾਂ ਦਾ ਵੀ ਵੱਡਾ ਨੁਕਸਾਨ ਹੋਇਆ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਜਿਹੜੀ ਫਸਲ ਬਰਬਾਦ ਹੋਈ ਸੀ ਹਾਲੇ ਉਸਦਾ ਮੁਆਵਜ਼ਾ ਨਹੀਂ ਮਿਲਿਆ, ਪਰ ਹੁਣ ਇੱਕ ਵਾਰ ਫਿਰ ਤੋਂ ਸੂਏ ਦੇ ਵਿੱਚ ਪਾੜ ਪਿਆ। ਹਾਲਾਂਕਿ ਪਾੜ ਪੈਣ ਦੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਸੂਏ ਦੀ ਸਹੀ ਤਰੀਕੇ ਦੇ ਨਾਲ ਸਫਾਈ ਨਹੀਂ ਹੋਈ, ਜਿਸ ਦੇ ਕਾਰਨ ਸੂਏ ਦੇ ਵਿੱਚ ਪਾਣੀ ਰੁਕਿਆ ਸੀ ਅਤੇ ਪਿੱਛੋਂ ਜਦੋਂ ਪਾਣੀ ਹੋਰ ਛੱਡਿਆ ਗਿਆ ਤਾਂ ਕਿਹਾ ਜਾ ਰਿਹਾ ਕਿ ਜੋ ਬੰਨ ਲਾਇਆ ਗਿਆ ਸੀ ਪਾਣੀ ਦਾ ਉਹ ਟੁੱਟ ਗਿਆ ਅਤੇ ਟੁੱਟਦੇ ਸਾਰ ਹੀ ਜੋ ਖੇਤਾਂ ਦੇ ਵਿੱਚ ਇਹ ਪਾਣੀ ਜਾਣਾ ਸ਼ੁਰੂ ਹੋਇਆ। ਕਈ ਏਕੜ ਫਸਲ ਜੋ ਹੈ ਉਹ ਦਾਲਾਂ ਦੀ ਬੀਜੀ ਹੋਈ ਸੀ, ਉਹ ਦਾਲ ਦੀ ਫਸਲ ਖਰਾਬ ਹੋਈ ਹੈ। ਇਸ ਦੇ ਨਾਲ ਹੀ ਹੁਣ ਇਹ ਪਾਣੀ ਲਗਾਤਾਰ ਹੋਰ ਪਿੰਡਾਂ ਦੇ ਵੱਲ ਵੀ ਵੱਧਦਾ ਨਜ਼ਰ ਆ ਰਿਹਾ। ਫਿਲਹਾਲ ਮੌਕੇ ਦੇ ਉੱਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ। ਕਿਸਾਨ ਅਤੇ ਆਮ ਲੋਕ ਖੁਦ ਹੀ ਪਾੜ ਨੂੰ ਪੂਰਨ ਦੇ ਵਿੱਚ ਲੱਗੇ ਹੋਏ ਨੇ। ਨੁਕਸਾਨ ਤਾਂ ਬਹੁਤ ਹੋ ਗਿਆ ਤੇ ਹਜੇ ਹੱਦ ਤੋਂ ਵੱਧ ਹੋ ਸਕਦਾ ਹੈਗਾ। 500 ਕਿੱਲਾ ਡੁੱਬ ਚੁੱਕਾ ਤੇ ਬਾਕੀ ਆਪਣੇ ਘਰ ਹੈਗਾ ਹਾਂ ਉਹਨਾਂ ਨੂੰ ਵੀ ਖਤਰਾ ਹੈਗਾ, ਉਹ ਵੀ ਡੁੱਬ ਸਕਦੇ ਤੇ ਦੂਗਾ ਹਾਂ ਹੋਰ ਵੀ ਕਈ ਕਿੱਲੇ ਡੁੱਬ ਸਕਦੇ ਨੇ। ਕੀ ਮੰਗ ਕੀ ਕਰਦੇ? ਮੰਗ ਤਾਂ ਇਹੀ ਕਰਦੇ ਵੀ ਇਹਦੀ ਸਫਾਈ ਕਰਾਈ ਜਾਵੇ, 6 ਮਹੀਨਿਆਂ ਚ 2 ਵਾਰੀ ਟੁੱਟ ਚੁੱਕਿਆ ਹੈਗਾ। ਨੁਕਸਾਨ ਤਾਂ ਬਾਈ ਇਹ ਹੈ, ਮਤਲਬ ਜਿਹੜੀ ਮਹਿਕਮੇ ਨੇ ਵੀ ਵੱਡੀਆਂ ਗਲਤੀਆਂ ਨੇ, ਜਿਵੇਂ ਹੁਣ ਆਹ ਪਾਰਡੀਆਂ ਇਹ ਚਾਲੂ ਹੋਣ, ਪਾਰਡੀਆਂ ਚਾਲੂ ਹੋਣ ਤਾਂ ਨਾ ਨੁਕਸਾਨ ਹੋਵੇ। ਕੁਝ ਸਾਡੇ ਜ਼ਿਮੀਂਦਾਰ ਭਰਾਵਾਂ ਦਾ ਵੀ ਇਹ ਪਾਰਡੀ ਵੱਢ ਲੈਂਦੇ ਨੇ, ਹਨਾ। ਇਹਦੇ ਵਿੱਚੋਂ ਦੂਜੀ ਗੱਲ ਸਾਰਿਆਂ ਤੋਂ ਵੱਡੀ, ਅਸੀਂ ਤਾਂ ਮਹਿਕਮੇ ਦੀ ਅਣਗਹਿਲੀ ਮੰਨਦੇ। ਹੁਣ ਇਹਨਾਂ ਨੇ ਐਂ ਕਹਿਤਾ ਵੀ ਸਰਕਾਰ ਨੇ ਵੀ ਟੇਲਾਂ 'ਤੇ ਪਾਣੀ ਦਿਓ, ਸੂਇਆਂ ਦੀ ਵੀ ਮੁਰੰਮਤ ਨਹੀਂ ਹੋ ਰਹੀ। ਸਾਡੇ ਜਦੋਂ ਪਹਿਲਾਂ 2 ਵਾਰੀ ਸੂਆ ਟੁੱਟਿਆ, ਘੁੰਮਣ ਰਾਜ ਬਾਹਰ ਟੁੱਟਿਆ, ਉਦੋਂ ਵੀ ਅਸੀਂ ਆਖਿਆ ਜੀ ਸੂਇਆਂ ਦੀ ਸਫਾਈ ਕਰਾਓ। ਫਿਰ ਇੱਦੋਂ ਅੱਗੇ ਜਾ ਕੇ 10-20 ਕਿੱਲੇ ਗਵਾਹੀ, ਉਦੋਂ ਵੀ ਐਕਸਟੈਂਟ ਸਾਹਿਬ ਨੂੰ ਵੀ SDM ਸਾਹਿਬ ਨੂੰ ਵੀ ਫੈਸਲਾ ਕਿਹਾ ਵੀ ਸਾਰੇ ਦੀ ਮੁਰੰਮਤ ਕਰਾਓ। ਉਹ ਕੇਰਾਂ ਤਾਂ ਬਸ ਉਦੋਂ ਤਾਂ ਮਹਿਕਮਾ ਸਾਰਾ ਲਾ ਵੀ ਕਹਿੰਦਾ ਵੀ ਕਰਾਉਣੇ ਆ ਜੀ, ਐਂ ਕਰਦੇ ਆ। ਹੁਣ ਅੱਜ ਦੀ ਤੁਸੀਂ ਲਾ ਲਓ, ਅੱਜ ਸਵੇਰੇ ਦਾ 6 ਵਜੇ ਦੀ SDM ਸਾਹਿਬ ਨਾਲ ਐਕਸਟੈਂਟ ਸਾਹਿਬ ਨਾਲ ਗੱਲ ਹੋਈ ਹੈ, ਇੱਕ ਵੀ ਅਧਿਕਾਰੀ ਨਹੀਂ ਇੱਥੇ ਆ ਰਿਹਾ, ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ। ਹੁਣ ਇੱਧਰਲੀ ਸਾਈਡ ਤੁਸੀਂ ਨਿਗਾਹ ਮਾਰ ਲਓ, ਇਹ ਘਰ ਨੇ, ਘਰਾਂ ਨੂੰ ਨੁਕਸਾਨ ਹੈ, ਮੱਕੀ ਦੀ ਫਸਲ ਨੂੰ, ਮੂੰਗੀ ਦੀ ਨੂੰ, ਅਤੇ ਜਿਹੜੀਆਂ ਪੌਦ ਵਗੈਰਾ ਬੀਜੀ ਹੋਈ ਸੀ ਜੀਰੀ ਦੀ, ਉਹ ਨੁਕਸਾਨ ਹੀ ਨੁਕਸਾਨ। ਇੱਦੋਂ ਵੱਧ ਉਹ ਜਾਨੀ ਮਾਨੀ ਨੁਕਸਾਨ ਵੀ ਹੋਊਗਾ ਜੇ ਆ ਨਾ ਬੰਦ ਹੋਇਆ। ਹੁਣ ਵੀ ਲਾ ਲਓ ਵੀ ਜਥੇਬੰਦੀ ਤੌਰ 'ਤੇ ਵੀ ਅਸੀਂ ਆਪਦੀ ਪੂਰੀ ਕੋਸ਼ਿਸ਼ ਕਰੀ ਜਾਂਦੇ ਹਾਂ ਸਿੱਧੂਪੁਰ ਦੇ ਤੌਰ 'ਤੇ, ਪਰ ਲੋਕਾਂ ਨੂੰ ਵੀ ਮਤਲਬ ਇਹ ਗੁੰਜਾਇਸ਼ ਕਰਦੇ ਹਾਂ ਵੀ ਅਸੀਂ ਤੁਸੀਂ ਵੱਧ ਤੋਂ ਵੱਧ ਹੁਣ ਇੱਥੇ ਪਹੁੰਚ ਕੇ ਭਾਈ ਇਹਨੂੰ ਆਪਾਂ ਇੱਕ ਵਾਰ ਬੰਦ ਕਰੀਏ। ਅਤੇ ਉਦੋਂ ਬਾਅਦ ਜਿਹੜਾ ਇਹ ਪ੍ਰਸ਼ਾਸਨ ਸੁੱਤਾ ਪਿਆ, ਇਹ ਸਾਨੂੰ ਕਹਿੰਦੇ ਨੇ ਵੀ ਇਹ ਸੜਕਾਂ 'ਤੇ ਬਹਿ ਜਾਂਦੇ, ਸਾਡੇ ਆਪਦੇ ਲੋਕ ਹੀ ਕਹਿਣ ਲੱਗ ਜਾਂਦੇ ਆ ਵੀ ਸੜਕਾਂ 'ਤੇ ਬੈਠ ਗਏ ਜੀ ਇਹ, ਉਹ ਅਸੀਂ ਮਜਬੂਰੀ ਬਸ ਜਾ ਕੇ ਸੜਕਾਂ 'ਤੇ ਬਹਿੰਦੇ ਜਦੋਂ ਸਾਡਾ ਕੋਈ ਅਧਿਕਾਰੀ ਸੁਣ ਨਹੀਂ ਰਿਹਾ। 5 ਵਜੇ ਦਾ ਮਹਿਕਮੇ ਨੂੰ ਸਾਰੇ ਨੂੰ ਫੋਨ ਹੋਇਆ ਹੋਇਆ, ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ ਸਾਡੇ। ਹੁਣ ਸਾਡਾ ਮਜਬੂਰੀ ਬਸ, ਅਸੀਂ ਦੇਖਦੇ ਹਾਂ ਘੰਟਾ ਹੋਰ ਉਡੀਕਦੇ ਉਹਨਾਂ ਨੂੰ, ਇੱਦੋਂ ਵੱਧ ਅਸੀਂ ਸੜਕ ਰੋਕਾਂਗੇ। ਨੁਕਸਾਨ ਤਾਂ ਜੀ ਇੱਥੇ ਜਿੰਨਾ ਆਪਣਾ ਦੇਖੋ ਆ ਮਾਰ ਕੇ ਦੇਖੋ ਕੈਮਰਾ ਜੀ, ਕਿੱਥੋਂ ਤੱਕ ਪਾਣੀ ਦਿੰਦਾ, ਮੈਨੂੰ ਲੱਗਦਾ ਘੱਟੋ ਘੱਟ 20 ਲੱਖ ਦਾ ਨੁਕਸਾਨ ਹੋ ਸਕਦਾ ਜੀ, ਕਿਉਂਕਿ ਅੱਜ ਕੱਲ੍ਹ ਹੁਣ ਹਰ ਇੱਕ ਬੰਦੇ ਨੇ ਮੂੰਗੀ ਬੀਜੀ ਹੋਈ ਹੈਗਾ, ਕਿਸੇ ਨੇ ਮੱਕੀ ਬੀਜਿਆ, ਕਿਸੇ ਨੇ ਮੂੰਗੀ, ਅਤੇ ਕੁੱਲ ਮਿਲਾ ਕੇ 20 ਲੱਖ ਤੱਕ ਤੋਂ ਜ਼ਿਆਦਾ ਨੁਕਸਾਨ ਆ, ਉੱਪਰ ਇਹ ਤੋਂ ਘੱਟ ਨਹੀਂ ਹੈਗਾ। ਕੀ ਮੰਗ ਕੀ ਕਰਦੇ ਹੋ? ਮੰਗ ਤਾਂ ਇਹ ਆ ਜੀ,
ਇਦੋਂ ਪਹਿਲਾਂ ਵੀ ਦੋ ਵਾਰ ਇੱਥੇ ਨੱਕਾ ਟੁੱਟ ਰਿਹਾ ਜੀ, ਇਹਦੇ 1 ਕਿਲੋਮੀਟਰ ਪਹਿਲਾਂ ਪਿਛਲੇ ਸਾਲ ਟੁੱਟਿਆ ਸੀਗਾ, ਪਿੱਛੇ ਟੁੱਟੇ ਸਿਆਲ 'ਚ, ਹੁਣ ਇਹ ਹੋ ਗਿਆ। ਅਸੀਂ ਸਰਕਾਰ ਤੋਂ ਮੰਗ ਇਹ ਕਰਦੇ ਹਾਂ ਵੀ ਇਹਦਾ ਕੋਈ ਪੱਕਾ ਹੱਲ ਕਰਿਆ ਜਾਵੇ, ਕਿਸੇ ਕਿਸਮ ਦਾ ਵੀ ਕੋਈ ਨਿਸ਼ਾਨਦੇਹੀ ਕਰਾਉਣ ਜਾਂ ਕੁਛ ਵੀ ਕਰਾਉਣ, ਇਹਦਾ ਪੱਕਾ ਹੱਲ ਹੋਣਾ ਚਾਹੀਦਾ। ਵਾਰ ਵਾਰ ਇਹ ਨੁਕਸਾਨ ਇਹਨਾਂ ਕਿਸਾਨਾਂ ਤੋਂ ਨਹੀਂ ਚੱਲਿਆ ਜਾਂਦਾ।